एक चिट्ठी होंदी है, एक खत होंदा है, जिन्हों लिखदा साडा ज़ेहन, जिन्हों लिखदा साडी सोच। वो खत साडी अर्ज वो खुदा तक किवें पहुंचदी है। हर दुआ करन दे कोल, हर दुआ करन वाले दे कोल, हर अरदास करन वाले दे कोल, हर नमाज पढ़न वाले दे कोल एक फरिश्ता खड़ा हुंदा है, जिहड़ी उहदी अरदास दुआ नमाज नू खुदा तक लैके जांदी। पर जे पता होवे दुआ करनी किथे है, किथे बैठ के करनी है ते किधर मूंह करके करनी है। एक कलाम च लिखिया कि कोठरी च जाके दुआ कर। अज लोग खुश होंगे ने, बड़ी भीड़ होवे तो उत्थे जाके दुआ करा, दो चार लोग देखन तो सही कि बड़ा दुआ करदा, बड़े रोजे रखने वाला, बड़ा नमाजी। पर दुआ कबूल होंदी है जदों तू सच बोलदा। यकूब ने बड़ी दुआ की, लास्ट च अल्फाज बोले कि मैं बड़ा धोखेबाज हूँ, पर बोले उत्थे जिथे कल्ला सी ते रब सी। सच्ची दुआ उत्थे होंदी है जिथे बंदा कल्ला हुंदा है। जिहड़ी दुआ तुसीं संगत च करदे ना, भीड़ च करदे जी, उह दिखावे दी हुंदी है, दिखावे दी हुंदी है, दिखावे दी। जो तू कल्ला दुआ करेंगे तो फिर कहेंगे मेरे गुनाहगार ते मेरे ते रहम कर, मैं एक चोर हाँ मेरे ते रहम कर, मैं एक ठग हाँ, मैं लोगों ने बड़ी धोखेबाजियां की थी, मेरे ते रहम कर, मैं अपने घरदे नूं फरेब दिता, मेरे ते रहम कर। ये संगत च नहीं बोलदी, ये उत्थे बोलदी जिथे बंदा कल्ला आउंदा ते रब नूं। एक कलाम च लिखे अपने दिल की कोठरी च जाके दुआ कर, ते खिड़की खोल के कर, ना कि इहनूं कोठरी का पता, ना कि इहनूं खिड़की का पता कि खोलनी कहड़ी। वो खिड़की नबी लाउंदे ने, वो खिड़की नबी लाउंदे ने, ते नबी लाउंदे ने वो खिड़की। जदों वो खिड़की खुलदी है ते उहदे चों सिर्फ रब दा नूर ही हुंदा है, रब दी रहमत ही हुंदी, रब दा फजल ही हुंदा। मेरा यीशु को ले जा नी पे गम चुकी, अर्ज कर रहा है मेरा यीशु को ले जानी पे गम चिट्ठी 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 क्या चिट्ठी है कलाकारी फनकारी होर होंदी है, रब की रहमत होर होंदी है। दिल नूं छू जाण वाली आवाज होर होंदी है, ते कलाकारी विखाउण वाली होर होंदी है। कुछ चीज़ां खुदा ने अपने जलाल वास्ते रखी होंदियां ने, हर जगह कोई नूर नहीं हुंदा। जिन्हां नूं पहचान होंदी वो अपने ताज चला के रखदे, जिन्हां नूं नहीं पहचान होंदी वो हथों गवा लैंदे। महाराणी दे ताज च लगा है कोई नूर, उत्थों तक के शत्रु दा हाथ नहीं जा। जा चिट्ठियां
ਅੱਜ ਤੱਕ ਕੋਈ ਸ਼ਖਸ ਹੈ ਨਹੀਂ ਜਿਹਨੇ ਮੈਨੂੰ ਸੁਣਿਆ ਹੋਵੇ ਕਿਉਂਕਿ ਮੈਂ ਕਦੇ ਗਾਇਆ ਹੀ ਨਹੀਂ। ਇਹ ਗਾਉਂਦਾ ਵੀ ਆਪ ਹੈ ਉਹ ਸੁਣਦਾ ਵੀ ਆਪ ਹੈ। ਨਾ ਮੈਂ ਗਾ ਸਕਦਾ ਤੇ ਨਾ ਤੁਸੀਂ ਸੁਣ ਸਕਦੇ ਜੀ। ਸੁਰ ਦਾ ਮੁੱਲ ਸਾਰੀ ਕਾਇਨਾਤ ਵੀ ਵਿਕ ਜਾਵੇ। ਕਾਇਨਾਤ ਮੈਂ ਇਸ ਕਰਕੇ ਕਹਿ ਰਿਹਾ ਜ਼ਮੀਨ ਆਸਮਾਨ ਵੀ ਵਿੱਚ ਹੀ ਪਾਲੋ। ਸਾਰੀ ਕਾਇਨਾਤ ਵੀ ਵਿਕ ਜਾਵੇ ਤਾਂ ਵੀ ਇੱਕ ਸੁਰ ਦਾ ਮੁੱਲ ਨਹੀਂ ਦੇ ਸਕਦੀ। ਸੁਰ ਨੂੰ ਸੁਣਨਾ ਇਹ ਬੜੀ ਵੱਡੀ ਰੱਬ ਦੀ ਰਹਿਮਤ ਹੋਵੇ ਉਹ ਸੁਣ ਸਕਦਾ। ਇਹ ਗੱਲ ਇਸ ਕਰਕੇ ਕਰ ਰਹੇ ਹਾਂ ਸੱਚ ਤੁਹਾਨੂੰ ਸੁਣਨ ਨੂੰ ਕਦੀ ਕਦੀ ਮਿਲਦਾ। ਸਿਫਤਾਂ ਤਾਂ ਤੁਸੀਂ ਰੋਜ਼ ਸੁਣਦੇ। ਆਪਣੀ ਸਿਫਤ ਸੁਣ ਕੇ ਬੰਦਾ ਖੁਸ਼ ਹੁੰਦਾ ਹੈ ਤੇ ਜਦੋਂ ਰੱਬ ਦੇ ਸਾਹਮਣੇ ਆਉਂਦਾ ਫਿਰ ਸੱਚ ਸੁਣਦਾ ਹੈ। ਜਦੋਂ ਰੱਬ ਦੇ ਸਾਹਮਣੇ ਆਉਂਦਾ ਫਿਰ ਪਤਾ ਲੱਗਦਾ ਕਿ ਮੇਰੇ 'ਚ ਕਮੀ ਕੀ ਹੈ। ਜਦੋਂ ਰੱਬ ਦੇ ਸਾਹਮਣੇ ਆਉਂਦਾ ਫਿਰ ਪਤਾ ਲੱਗਦਾ ਮੈਂ ਖਰਾ ਹਾਂ ਕਿ ਖੋਟਾ ਹਾਂ। ਰੱਬ ਦੇ ਸਾਹਮਣੇ ਕਦੀ ਖੂਬੀ ਦੱਸਣੀ ਨਹੀਂ, ਉਹ ਚੀਜ਼ ਦੱਸਣੀ ਹੈ ਜਿਹਨੂੰ ਖੁਦਾ ਆਪਣੇ ਫਜ਼ਲ ਦੇ ਨਾਲ ਪੂਰੀਆਂ ਕਰਦਾ ਹੈ। ਕੀ ਕਹਿ ਰਿਹਾ ਲੈ ਜਾ ਪੈ ਜਾਵੇ ਜਦੋਂ ਉਹਨੂੰ ਯਾਦ ਆਵੇ ਕਿ ਜਿਹੜਾ ਮਦਦਗਾਰ ਹੋਵੇਗਾ। ਕੀ ਕਹਿ ਰਿਹਾ ਇਬਾਦਤ ਦਾ ਕੋਈ ਮੀਨਿੰਗ ਦੱਸ ਨਹੀਂ ਸਕਦਾ ਕਿ ਉਹ ਖੁਦਾ ਤੋਂ ਮੰਗਣ ਹੁੰਦੇ ਨੇ ਕਿ ਉਹਨੂੰ ਯਾਦ ਕਰਨ ਆਉਂਦੇ ਨੇ। ਇਬਾਦਤ ਦਾ ਕੋਈ ਮੀਨਿੰਗ ਦੱਸ ਨਹੀਂ ਸਕਦਾ ਕਿ ਅਸੀਂ ਉਹਦੇ ਤੋਂ ਮੰਗਣ ਹੁੰਦੇ ਹਾਂ ਕਿ ਜਾਂ ਉਹਨੂੰ ਆਪਣੀ ਯਾਦ ਵਿੱਚ ਸ਼ਰੀਕ ਕਰਨੇ। ਹਿਸਾਬ ਨਹੀਂ ਦਿੱਤਾ ਜਾਣਾ ਜਦੋਂ ਰੱਬ ਨੇ ਪੁੱਛਣਾ ਹੈ ਨਾ ਤੂੰ ਕਿੰਨੀ ਵਾਰੀ ਦੁਆ ਕੀਤੀ ਜਿਹਦੇ ਵਿੱਚ ਕੁਛ ਮੰਗਿਆ ਨਾ ਹੋਵੇ। ਜਿਹੜੀ ਪਹਿਲੀ ਅਰਜ਼ੀ ਲਿਖੀ ਉਸ ਖਾਤ ਦੇ ਅੰਦਰ ਨੋਚ ਨੋਚ ਮਾਸ ਖਾਂਦਾ ਆ ਪਹਿਲੀ ਯੇਸੂ ਨਾਸਰੀ ਦਾ ਜਿਹੜਾ ਨਾਲੇ ਅਬਲੀਸ ਤੇ ਨਾਲੇ ਯੇਸੂ ਮਾਸੀ ਦਾ ਸ਼ਰੀਕ
ਸ਼ਰੀਕ ਵੀ ਉਹਦਾ ਹੈ ਤੇ ਸ਼ਰੀਕ ਹੁੰਦਾ ਕੌਣ ਹੈ ਮੈਨੂੰ ਇਹਨਾਂ ਗਿਆਨ ਨਹੀਂ ਪਰ ਅੱਜ ਕੱਲ੍ਹ ਜਦੋਂ ਕਿਤੇ ਬੱਚਾ ਪੈਦਾ ਹੁੰਦਾ ਨਾ ਤੇ ਦੂਸਰਾ ਪੈਦਾ ਹੋ ਜਾਂਦਾ ਤੇ ਕਈ ਲੋਕ ਜਿਹੜੇ ਅਨਗਿਆਨੀ ਹੁੰਦੇ ਨੇ ਜਾਂ ਗਿਆਨੀ ਸਮਝ ਲਓ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਉਹ ਕਹਿ ਦਿੰਦੇ ਸ਼ਰੀਕ ਪੈਦਾ ਹੋ ਗਿਆ ਕੀ ਕਹਿੰਦੇ ਨੇ ਸ਼ਰੀਕ ਪੈਦਾ ਹੋ ਗਿਆ ਮੇਰੀ ਗੱਲ ਦਾ ਹਿੱਸੇਦਾਰ ਪੈਦਾ ਹੋ ਗਿਆ ਵੇਖਣ ਚ ਭਰਾ ਹੀ ਲੱਗੇਗਾ ਹੋਵੇਗਾ ਕੀ ਸ਼ਰੀਕ ਬਣਾਇਆ ਉਹਨੂੰ ਵੀ ਰੱਬ ਨੇ ਬਣਾਇਆ ਉਹਨੂੰ ਵੀ ਰੱਬ ਨੇ ਪਰ ਹੋਵੇਗਾ ਕੀ ਸ਼ਰੀਕ ਨੋਚ ਨੋਚ ਮਾਸ ਖਾਂਦਾ ਆਪਣੀ ਸੇ ਯੇਸੂ ਨਾਸਰੀ ਦਾ ਜਿਹੜਾ ਜਿਹੜੀ ਦੂਸਰੀ ਗੱਲ ਲਿਖੀ ਉਹ ਕੀ ਲਿਖੀ ਮੌਤ ਪੈ ਜਾਂਦੀ ਖੰਭਾਂ ਨੂੰ ਖਲਾਰ ਕੇ ਆਉਂਦੀ ਕਈ ਕਈ ਰੂਪਾਂ ਨੂੰ ਉਤਾਰ ਸਾਰੀ ਚਿੱਠੀ ਲਿਖੀ ਗਈ ਸਾਰਾ ਖੱਤ ਲਿਖਿਆ ਗਿਆ ਖੱਤ ਕਬੂਲ ਉਹ ਹੁੰਦਾ ਜਿਹਦੇ ਉੱਤੇ ਐਡਰੈਸ ਲਿਖਿਆ ਹੋਵੇ ਤੇ ਤੇਰੀ ਦੁਆ ਜਾਣੀ ਕਿੱਥੇ ਹੈ ਤੈਨੂੰ ਪਤਾ ਹੀ ਨਹੀਂ ਐਡਰੈਸ ਕਿਹੜਾ ਹੋਵੇਗਾ ਉੱਤੇ ਜਿਹੜੇ ਖੱਤ ਦੇ ਉੱਤੇ ਐਡਰੈਸ ਨਹੀਂ ਹੁੰਦਾ ਉਹ ਜਿੱਥੇ ਲਿਖਿਆ ਹੁੰਦਾ ਉੱਥੇ ਪਿਆ ਰਹਿੰਦਾ ਤੇਰੀ ਦੁਆ ਕਬੂਲ ਇਸ ਕਰਕੇ ਨਹੀਂ ਹੁੰਦੀ ਤੈਨੂੰ ਪਤਾ ਹੀ ਨਹੀਂ ਅੱਗੇ ਜਾਣੀ ਕਿੱਥੇ ਹੈ ਤੇ ਉੱਤੇ ਲਿਖਣਾ ਕੀ ਵੀਰੇ ਪੈਰ ਚ ਬਹਿ ਜਾ
ਜਸ਼ਨ ਜਾਣੀ ਕਿੱਥੇ ਫਾਸ ਕਾਬਲੇ ਹੋ ਰਹੇ ਬਾਬ ਕਾਮੇ ਅਰਸ਼ ਅਜ਼ੀਮ ਦਸਾ ਜਿੱਥੇ ਤਖਤ ਖੁਦਾ ਦਾ ਸਜਦਾ ਦਾ ਖਾਨਾ ਯਰੂਸ਼ਲਮ ਦਾ ਜਿੱਥੇ ਹੁਕਮ ਚੱਲੇ ਸੋਨੇ ਰੱਬ ਦਾ ਜਿੱਥੇ ਹੁਕਮ ਰੱਬ ਦਾ ਚੱਲਦਾ ਨਾ ਉਹ ਯਰੂਸ਼ਲਮ ਹੁੰਦਾ ਕਿ ਤੇਰੇ ਅੰਦਰ ਹੁਕਮ ਰੱਬ ਦਾ ਚੱਲਦਾ ਕਿ ਤੇਰੇ ਬੱਚਿਆਂ ਦਾ ਚੱਲਦਾ ਕਈ ਕਲਾਮ ਸੁਣਾਉਂਦੇ ਨੇ ਤੇ ਉਹਨਾਂ ਦੇ ਅੰਦਰ ਹੁਕਮ ਹਾਲੇ ਵੀ ਬੱਚਿਆਂ ਦਾ ਚੱਲਦਾ ਕਈ ਕਲਾਮ ਸੁਣਾਉਂਦੇ ਨੇ ਤੇ ਉਹਨਾਂ ਦੇ ਅੰਦਰ ਹਾਲੇ ਵੀ ਹੁਕਮ ਉਹਨਾਂ ਦੇ ਬੀਵੀਆਂ ਦਾ ਚੱਲਦਾ ਕਈ ਕਲਾਮ ਸੁਣਾਉਂਦੇ ਨੇ ਉਹਨਾਂ ਦੇ ਅੰਦਰ ਹਾਲੇ ਵੀ ਹੁਕਮ ਡਰ ਖੌਫ ਸਾਹਮਣੇ ਵਾਲੇ ਦਾ ਹੁੰਦਾ ਹੈ ਕਿ ਇਹਨਾਂ ਦੀ ਸਿਫਤ ਨਾ ਕੀਤੀ ਤੇ ਸ਼ਾਇਦ ਮੈਨੂੰ ਚੰਦਾ ਨਹੀਂ ਦੇਣਾ ਕਈ ਪਾਸਟਰ ਕਈ ਲੋਕ ਮੈਂ ਤਾਂ ਨਹੀਂ ਡਰ ਰਿਹਾ ਕਿ ਮੈਨੂੰ ਡਰੀ ਨਾ ਕਿਸੇ ਗੱਲ ਜੋ ਹੈ ਖੁਦਾ ਦਾ ਹੈ ਜੋ ਬੋਲੇਗਾ ਖੁਦਾ ਬੋਲੇਗਾ ਨਾ ਮੈਂ ਬੋਲਿਆ ਸੀ ਅਤੇ ਨਾ ਮੈਂ ਬੋਲਾਂਗਾ ਜੋ ਬੋਲਿਆ ਸੀ ਖੁਦਾ ਬੋਲਿਆ ਅਤੇ ਜੋ ਬੋਲੇਗਾ ਉਹ ਵੀ ਖੁਦਾ ਹੀ ਬੋਲੇਗਾ ਯਰੂਸ਼ਲਮ ਇਹਦਾ ਜਿੱਥੇ ਹੁਕਮ ਚੱਲੇ ਸੋਨੇ ਰੱਬ ਦਾ ਇਹਦਾ ਜ਼ਿਲ੍ਹਾ ਤਹਿਸੀਲੀ ਏ ਜੱਗ ਸਾਰਾ ਦਰਿਆ ਪਾਕ ਰੂਦਾ ਵਿੱਚ ਵਗਦਾ ਚਿੱਠੀ ਲਿਖ ਕੇ ਸੋਨੂੰ ਪਾਡਾ ਕਿ ਅੰਦਰ ਦੁਸ਼ਮਣਾਂ ਦੇ ਵਿੱਚ ਖੜਾ ਹੋ ਹਰ ਜਗ੍ਹਾ ਪਾਣੀ ਪਾਣੀ ਫੋਨਾਂ ਚ ਜ਼ਿਆਦਾ ਆ ਗਿਆ ਖਬਰਾਂ ਜ਼ਿਆਦਾ ਆ ਗਈਆਂ ਮਾਫ ਕਰਨਾ ਮੈਂ ਯਾਦ ਕਰਦਾ ਨੀ ਆਖੀ ਤੈਨੂੰ ਯਾਦ ਕਰਦਾ ਯਾਦ ਕਰਦਾ ਨੀ ਆਖੀ